3 ਸਾਲ ਪੁਰਾਣੇ ਕੱਚੇ ਮੁਲਾਜ਼ਮ ਹੋਣਗੇ ਪੱਕੇ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ ਤਕਰੀਬਨ 27,000 ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇਗਾ ਚੰਡੀਗੜ੍ਹ ਵਿੱਚ ਚੋਣ ਕਮਿਸ਼ਨਰ ਮੀਡੀਆ ਨਾਲ ਹੋਏ ਮੁਖਾਤਬ ਨਿਰਪੱਖ ਚੋਣਾਂ ਕਰਵਾਏ ਜਾਣ ਦਾ ਦਾਅਵਾ ਕਿਹਾ ਭਗੌੜੇ ਅਪਰਾਧੀਆਂ ਤੇ ਰੱਖੀ ਜਾਵੇਗੀ ਕੜੀ ਨਜ਼ਰ ਅਤੇ ਅਤ ਸੰਵੇਦਨਸ਼ੀਲ ਬੂਥਾਂ ਦੀ ਸੁਰੱਖਿਆ ਦੇ ਲਈ ਵੀ ਕੀਤੇ ਜਾਣਗੇ ਪੁਖਤਾ ਇੰਤਜ਼ਾਮ ਗੇਟਵੇ ਆਫ ਅੰਮ੍ਰਿਤਸਰ ਦਾ ਉਦਘਾਟਨ ਸਮਾਗਮ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਣੇ ਵੱਡੀਆਂ ਸ਼ਖਸੀਅਤਾਂ ਅੰਮ੍ਰਿਤਸਰ ਦੇ ਵਿੱਚ ਕਰ ਰਹੀਆਂ ਨੇ ਸ਼ਿਰਕਤ ਟਵਿੱਟਰ ਤੇ ਭਿੜੇ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਕੈਪਟਨ ਦੀ ਖੁੱਲ੍ਹੀ ਬਹਿਸ ਦੀ ਚੁਣੌਤੀ ਤੇ ਪੰਜਾਬ ਦੀ ਟੀਮ ਨੂੰ ਅੱਗੇ ਕਰਕੇ ਲੁਕੇ ਅਰਵਿੰਦ ਕੇਜਰੀਵਾਲ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਇੰਚਾਰਜ ਅੰਬਿਕਾ ਸੋਨੀ ਦਾ ਵੱਡਾ ਬਿਆਨ ਕਿਹਾ ਵੀਰਭਦਰ ਸਿੰਘ ਦੀ ਅਗਵਾਈ ਵਿੱਚ ਹੀ ਲੜਿਆ ਜਾਵੇਗਾ ਅਗਲਾ ਵਿਧਾਨ ਸਭਾ ਚੋਣ ਪ੍ਰਸ਼ਾਸਨ ਦੇ ਦਬਾਅ ਤੋਂ ਬਾਅਦ ਪਾਕਿਸਤਾਨ 'ਚ ਉਰੀ ਦੇ ਹਮਲਾਵਰਾਂ ਦੀ ਨਮਾਜ਼ੇ ਜਨਾਜ਼ਾ ਟਲੀ ਲਸ਼ਕਰ ਨੇ ਆਪਣੇ ਪੋਸਟਰ ਦੇ ਵਿੱਚ ਮੰਨਿਆ ਉਰੀ ਦਹਿਸ਼ਤਗਰਦੀ ਹਮਲੇ ਨੂੰ ਉਸੀ ਨੇ ਦਿੱਤਾ ਸੀ ਅੰਜਾਮ ਦਹਿਸ਼ਤਗਰਦਾਂ ਦੇ ਨਾਮ ਵੀ ਛਾਪੇ ਪਾਕਿਸਤਾਨ ਵੱਲੋਂ ਕੀਤੀ ਗਈ ਸੀਜ਼ਫਾਇਰ ਦੀ ਉਲੰਘਣਾ ਦੌਰਾਨ ਸ਼ਹੀਦ ਹੋਏ BSF ਦੇ ਜਵਾਨ ਸੁਸ਼ੀਲ ਕੁਮਾਰ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ ਆਖਰੀ ਵਿਦਾਈ 'ਚ ਵੱਡੀ ਗਿਣਤੀ 'ਚ ਸ਼ਾਮਲ ਹੋਏ ਲੋਕ ਸੰਸਕਾਰ ਮੌਕੇ ਸਾਥੀ ਜਵਾਨ ਵੀ ਹੋਏ ਭਾਵੁਕ ਉਨ੍ਹਾਂ 'ਚ ਜ਼ੀ ਮੀਡੀਆ ਦੀ ਖਬਰ ਦਾ ਅਸਰ ਨਕਲੀ ਮਿਠਾਈਆਂ ਨੂੰ ਲੈ ਕੇ ਦਿਖਾਈ ਗਈ ਖਬਰ ਤੋਂ ਬਾਅਦ ਹਰਕਤ ਵਿੱਚ ਆਇਆ ਸਿਹਤ ਵਿਭਾਗ ਮਠਿਆਈਆਂ ਦੀ ਦੁਕਾਨ 'ਤੇ ਛਾਪਾ ਮਾਰ ਕੇ ਜ਼ਬਤ ਕੀਤੇ ਗਏ ਸੈਂਪਲਸ